ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਵੱਲੋਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਦੀ 25 ਅਗਸਤ ਨੂੰ ਹੋਣ ਵਾਲੀ ਪੇਸ਼ੀ ਦੇ ਮੱਦੇਨਜ਼ਰ ਮੀਡੀਆ ਕਰਮੀਆਂ ਦੇ ਨਾਲ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਹੈ। ਉਹਨਾਂ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਰਾ ਮੁਖੀ ਸੌਦਾ ਦੀ ਹੋਣ ਵਾਲੀ ਪੇਸ਼ੀ ਦੇ ਮੱਦੇਨਜ਼ਰ ਕਿਸੇ ਵੀ ਪਰਿਸਥਿਤੀ ਦੇ ਨਾਲ ਨਿਪਟਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਲਈ 4 ਕੰਪਨੀਆਂ ਪੈਰਾਮਿਲਟਰੀ ਫੋਰਸਿਸ ਵੀ ਤੈਨਾਤ ਕਰ ਦਿੱਤੀਆਂ ਗਈਆਂ ਨੇ, ਜਿਨ੍ਹਾਂ ਦੇ ਵੱਲੋਂ ਹਰ ਗਤੀਵਿਧੀ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਜ਼ਿਲ੍ਹੇ ਦੇ ਅੰਦਰ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। 5 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਜਿਹੇ ਵਿੱਚ ਹੀ ਪੈਟਰੋਲ ਪੰਪ ਦੇ ਉੱਤੇ ਕੈਨੀ ਜਾਂ ਫਿਰ ਬੋਤਲ ਤੇ ਤੇਲ ਭਰਨ ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਪੈਟਰੋਲ ਪੰਪ ਮਾਲਕਾਂ ਨੂੰ ਸਰਕਾਰੀ ਗੱਡੀਆਂ ਦੇ ਲਈ ਤੇਲ ਰਿਜ਼ਰਵ ਰੱਖਣ ਦੇ ਹੁਕਮ ਵੀ ਦਿੱਤੇ ਗਏ ਨੇ। ਇਸ ਤੋਂ ਇਲਾਵਾ 25 ਅਗਸਤ ਨੂੰ ਦਿਨ ਭਰ ਹਥਿਆਰਾਂ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਨੇ। ਇਸ ਮੌਕੇ ਉਹਨਾਂ ਨੇ ਮੀਡੀਆ ਦੇ ਮਾਧਿਅਮ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਹਾਲਾਤ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣ ਅਤੇ ਅਫਵਾਹਾਂ ਤੇ ਕੋਈ ਧਿਆਨ ਨਾ ਦੇਣ। ਇਸ ਮੌਕੇ ਤੇ ਫਾਜ਼ਿਲਕਾ ਦੇ SSP ਡਾਕਟਰ ਕੇਤਨ ਬਲਰਾਮ ਪਾਟਲ ਨੇ ਵੀ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੇ ਹੋਏ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਥਿਤੀ ਦੇ ਨਾਲ ਨਿਪਟਣ ਦੇ ਲਈ ਹਰ ਵਕਤ ਤਿਆਰ ਹੈ। ਫਾਜ਼ਿਲਕਾ ਵਿੱਚ ਨੀਅਰਲੀ 50,000 ਡੇਰਾ ਫੋਲੋਵਰ ਸਾਡੇ ਡਿਸਟ੍ਰਿਕਟ 'ਚ ਨੇ ਅਤੇ 7 ਸਾਡੇ ਨਾਮ ਚਰਚਾ ਘਰ ਨੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਜੁਆਇੰਟਲੀ ਕੋਆਰਡੀਨੇਟਿਡ ਤਰੀਕੇ ਨਾਲ 25 ਤਰੀਕ ਦੀ ਪੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਅਸੀਂ ਸਿਕਿਉਰਿਟੀ ਪਲਾਨ ਐਂਡ ਐਮਰਜੈਂਸੀ ਪਲਾਨ ਦੋ ਤਿਆਰ ਕੀਤਾ ਹੈ। ਸਿਕਿਉਰਿਟੀ ਵਿੱਚ 4 ਕੰਪਨੀਜ਼ ਔਫ ਪੈਰਾਮਿਲਟਰੀ ਫੋਰਸਿਸ ਸਾਡੇ ਕੋਲ ਆ ਚੁੱਕੀ ਹੈ। ਉਹਨਾਂ ਦੀ ਸਟੇਸ਼ਨਿੰਗ, ਪੁਜੀਸ਼ਨਿੰਗ, ਏਰੀਆ ਡੋਮੀਨੇਸ਼ਨ, ਫਲੈਗ ਮਾਰਚਿਸ ਸਭ ਸਟਾਰਟ ਹੋ ਚੁੱਕਾ ਹੈ। ਐਂਡ ਐਮਰਜੈਂਸੀ ਪਲਾਨ ਵਿੱਚ ਅਸੀਂ ਡਿਊਟੀ ਮੈਜਿਸਟਰੇਟ 32 ਨਿਯੁਕਤ ਕੀਤੇ ਹਾਂ ਆਪਣੇ ਡਿਸਟ੍ਰਿਕਟ ਵਿੱਚ। ਐਂਡ ਨਾਲ ਦੇ ਨਾਲ ਅਸੀਂ ਐਂਬੂਲੈਂਸਿਸ, ਹੈਲਥ ਸਰਵਿਸਿਸ ਐਂਡ ਸਾਰੇ ਆਪਣੇ ਫਾਇਰ ਐਕਸਟਿੰਗੁਇਸ਼ਰਸ ਐਂਡ ਐਂਟੀ ਰਾਇਟ ਕੇਅਰ, ਉਹਨ ਸਭ ਦੀ ਅਸੀਂ ਪ੍ਰਬੰਧ ਮਿਲ ਕੇ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਨਾਲ ਕਰ ਰਹੇ ਨੇ। ਤੋ ਵੀ ਜਸਟ ਮੀਡੀਆ ਰਾਹੀਂ ਇਹੀ ਅਪੀਲ ਕਰਨਾ ਚਾਹਾਂਗੇ ਕਿ ਸਾਰੇ ਲੋਕ ਆਪਣੀ ਸ਼ਾਂਤੀ, ਏਕਤਾ ਐਂਡ ਹਾਰਮਨੀ ਐਂਡ ਕਮਿਊਨਿਟੀਜ਼ ਬਣਾਏ ਰੱਖਣ ਅਤੇ ਨਾਲ ਕੋਈ ਵੀ ਜੋ ਫੇਕ ਕਈ ਵਾਰ ਨਿਊਜ਼ ਜਾਂ ਮਿਸ ਇਨਫੋਰਮੇਸ਼ਨ ਜਾਂ ਕੁਛ ਗਲਤ ਮੈਸੇਜਿਸ ਜੋ ਹੇਟਰਿਡ ਫੈਲਾਉਣ ਜਾਂ ਕੋਈ ਵੀ ਟੈਂਸ਼ਨ ਫੈਲਾਉਣ, ਉਹ ਕਈ ਵਾਰ ਸਰਕੂਲੇਟ ਹੁੰਦੇ ਨੇ ਅਤੇ ਉਹਨਾਂ ਨੂੰ ਬਿਲਕੁਲ ਇਗਨੋਰ ਕੀਤਾ ਜਾਏ ਐਂਡ ਜਸਟ ਪੀਸ ਐਂਡ ਸ਼ਾਂਤੀ ਹਮਾਰੇ ਡਿਸਟ੍ਰਿਕਟ ਵਿੱਚ ਬਣੀ ਰਹੇ, ਇਹੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ। ਕਿ ਅਭੀ ਸਿਕਿਉਰਿਟੀ ਐਂਡ ਲੋ ਐਂਡ ਆਰਡਰ ਨੂੰ ਮੱਦੇਨਜ਼ਰ ਅਸੀਂ ਸਕੂਲ ਐਂਡ ਆਂਗਨਵਾੜੀ ਸੈਂਟਰ ਜੋ ਬੱਚਿਆਂ ਦੇ ਉਹਨਾਂ ਨੂੰ ਜ਼ਰੂਰ ਕੰਸਿਡਰ ਕਰ ਰਹੇ ਨੇ। ਉਹ ਆਰਡਰਸ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਦਾ ਅਪਰੂਵਲ ਲੈ ਕੇ ਕੱਲ੍ਹ ਜਾਰੀ ਕਰਾਂਗੇ। ਐਂਡ ਸੈਕਿੰਡਲੀ ਜਿੱਥੇ ਟਰਾਂਸਪੋਰਟ ਦਾ ਹੈ ਉਹ PRTC ਪੰਜਾਬ ਰੋਡਵੇਜ਼ ਉਹ ਉਸ ਵਿੱਚ ਕਰੇਗੇ। ਬਟ ਬਾਕੀ ਇਸ ਵਿੱਚ ਸਾਨੂੰ ਫੀਡਬੈਕ ਇਹ ਕਿ ਜਿੱਥੇ ਪ੍ਰਾਈਵੇਟ ਆਪਰੇਟਰਸ ਹੈ ਉਹ ਥੋੜ੍ਹਾ ਜਿਹਾ ਵੋਲੰਟੈਰਲੀ 25 ਮਾਰਨਿੰਗ ਤੋਂ ਆਪਣੀ ਬੱਸਿਸ ਪਲਾਈ ਕਰਨ 'ਚ ਗ੍ਰੇਸ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਇਸ ਵਾਸਤੇ ਇੱਕ ਐਪਰੀਹੈਂਸ਼ਨ ਹੈ। ਪੰਜਾਬ ਮੇ ਜੋ CBI ਕੇ ਕੋਰਟ ਕੇ ਜੋ ਵਰਡਿਕਟ ਕੇ ਲੈ ਕੇ ਜੋ ਲੋਗੋ ਕੇ ਲੋਗੋ ਮੇ ਜੋ ਇੱਕ ਮਾਹੌਲ ਬਣਾ ਹੁਆ ਹੈ ਔਰ ਜੋ ਸਿਕਿਉਰਿਟੀ ਕੇ ਆਸਪੈਕਟ ਕੋ ਧਿਆਨ ਮੇ ਰੱਖਤੇ ਹੋਏ ਹਮਨੇ ਡਿਸਟ੍ਰਿਕਟ ਫਾਜ਼ਿਲਕਾ ਕੋ 3 ਬੜੇ ਬਲਾਕਸ ਮੇ ਡਿਵਾਈਡ ਕੀਆ ਹੈ। ਜਿਤਨੇ ਵੀ 3 ਬੜੇ ਟਾਊਨਸ ਹੈ, ਅਬੋਹਰ, ਜਲਾਲਾਬਾਦ ਐਂਡ ਫਾਜ਼ਿਲਕਾ, ਇਨ ਤਿੰਨੋ ਟਾਊਨਸ ਮੇ SDM ਔਰ ਉਨਕੇ ਸਾਥ ਸਾਥ 3 SP ਰੈਂਕ ਆਫੀਸਰਸ ਸਿਕਿਉਰਿਟੀ ਕੋ ਸੁਪਰਵਾਈਜ਼ ਕਰੇਂਗੇ ਔਰ ਇਨਕੇ ਸਾਥ 4 ਜੋ ਸੈਂਟਰਲ ਆਰਮ ਪੁਲਿਸ ਫੋਰਸਿਸ ਕੀ ਜੋ ਕੰਪਨੀ ਹੈ ਉਹ ਡਿਪਲੋਏ ਕੀ ਗਈ ਹੈ। ਉਨਮੇ ਸੇ 2 ਕੰਪਨੀ ਜੋ CRPF ਕੀ ਹੈ ਅਬੋਹਰ ਸੈਕਟਰ ਮੇ ਹੈ, ਇੱਕ BSF ਕੀ ਜੋ ਕੰਪਨੀ ਹੈ ਉਹ ਫਾਜ਼ਿਲਕਾ ਮੇ ਹੈ ਔਰ ਇੱਕ ITBP ਕੀ
एक कंपनी आई है वो जलालाबाद सेक्टर को, जलालाबाद ब्लॉक को सिक्योरिटी प्रोवाइड करेगी। टोटल इन तीन ब्लॉक्स को हमने आगे 30 स्मॉल सेक्टर्स में हमने डिवाइड किया है, और ये 30 जो सेक्टर्स होंगे वहाँ पे एक ड्यूटी मैजिस्ट्रेट अलॉन्ग विथ एनजीओ रैंक पुलिस ऑफिसर्स और 20 या 25 लोगों का एक स्क्वाड प्लेटून वो सिक्योरिटी को सुपरवाइज करेगा। और इसके साथ साथ हमारा कम्युनिकेशन प्लान जो है वो रेडी है, ट्रैफिक जो डाइवर्जन प्लान है, सपोज कि ऐसे की सिचुएशन हो जाती है तो ट्रैफिक डाइवर्ट करनी पड़ती है नेशनल हाईवे से, वो इंतज़ाम हमने करके रखा है। मौजूदा जो स्थिति को मद्देनजर रखते हुए हम जो पंजाब पुलिस है, एडमिनिस्ट्रेशन है, लोगों की लाइफ लिबर्टी प्रॉपर्टी इन तीनों की जो रखवाली के लिए हम वचनबद्ध है। पंजाब पुलिस इज़ वर्किंग हार्ड ऑन दी सस्पेक्ट। मैं इतना ही कहना चाहूँगा कि आम लोगों को, जनता को मैं एक अपील करना चाहूँगा, किसी भी अफवाह रूमर पे भरोसा ना करें, और सोशल मीडिया पे वायरल होने वाले कोई जो गलत मैसेजेस को आगे फॉरवर्ड ना करें। एडमिनिस्ट्रेशन लोगों की सिक्योरिटी और जो माहौल अमन शांति बनाए रखने के लिए वचनबद्ध है। फाजिलका तो दिलीप दत्त की रिपोर्ट, जगत सेवक वेब टीवी।